ਮੈਂ ਗੱਲ ਕੀਤੀ ਤੇ ਗੱਲ ਪਾਲੀ ਕਿ ਨਹੀਂ ਪਾਲੀ, ਇੱਕ ਵੀ ਸੜਕ ਨਹੀਂ ਸੀ। ਮੈਂ ਆ ਕੇ 6 ਸੜਕਾਂ ਮੰਡੀ ਅਹਿਮਦਾਬਾਦ ਨੂੰ ਲਾਈਆਂ, 6 ਸੜਕਾਂ ਮੰਡੀ ਅਹਿਮਦਾਬਾਦ ਨੂੰ ਲਾਈਆਂ। ਮੰਡੀ ਅਹਿਮਦਾਬਾਦ ਦੇ ਵਿੱਚ ਕੋਈ ਹਾਈ ਸਕੂਲ ਸੀ, ਇੱਕ ਕੋਈ ਕਾਲਜ ਨਹੀਂ ਸੀ। ਮੰਡੀ ਅਹਿਮਦਾਬਾਦ ਦੀਆਂ ਮੇਰੀਆਂ ਬੇਟੀਆਂ ਵਾਸਤੇ ਮੈਂ ਕਾਲਜ ਬਣਾਇਆ, ਮੰਡੀ ਅਹਿਮਦਾਬਾਦ ਦੇ ਬੇਟੀਆਂ ਵਾਸਤੇ ਮੈਂ ਕਾਲਜ ਬਣਾਇਆ। ਇੱਥੇ ਹਸਪਤਾਲ ਕੋਈ ਨਹੀਂ ਸੀ, ਇੱਥੇ ਕੋਈ ਡਿਸਪੈਂਸਰੀ ਕੋਈ ਨਹੀਂ ਸੀ। ਇਹ ਡਿਸਪੈਂਸਰੀ ਤੁਹਾਡੀ, ਤੁਹਾਡਾ ਹਸਪਤਾਲ, ਅੱਲਾ ਖੁਸ਼ ਰੱਖੇ ਉਸ ਬੰਦੇ ਨੂੰ, ਕਲੇਰ ਕਲਾਮ ਦੇ ਉਸ ਦੋਸਤ ਨੂੰ ਜਿਹਨੇ ਹਸਪਤਾਲ ਵਾਸਤੇ ਜ਼ਮੀਨ ਦਿੱਤੀ, ਤੁਹਾਡਾ ਹਸਪਤਾਲ ਤਾਮੀਰ ਕੀਤਾ ਮੰਡੀ ਅਹਿਮਦਾਬਾਦ ਦਾ। ਔਰ ਫਿਰ ਮੇਰੇ ਮਨਸੂਬੇ ਨੇ ਫਟੀਆਂ ਲਾ ਦਿੱਤੇ, ਫੱਟੀ ਇਹ ਆ ਕੇ ਲਾ ਦੇ ਲਾਣ ਜੋਗੇ ਫੱਟੀ ਹੈ। ਫਿਰ ਮੈਂ ਕਿਹਾ ਵੀ ਮੇਰੇ ਵਿਆਹ ਇਹਨਾਂ ਨੂੰ ਕਰਜ਼ੇ ਖਰਚੇ ਲੈਣ ਵਾਸਤੇ ਦੂਰ ਜਾਣਾ ਪੈਂਦਾ। ਮੈਂ ਸਰ ਹੀ ਚੱਕ ਕੇ ਅਸੀਂ ਬੈਂਕ ਤੁਹਾਡੇ ਇੱਥੇ ਬਣਾ ਦਿੱਤਾ, ਮੰਡੀ 'ਚ ਨਹੀਂ ਬਣਾ ਦਿੱਤਾ। ਕਿਹਨੇ ਬਣਾਇਆ, ਮੈਂ ਬਣਾਇਆ ਕਿ ਨੂਰ ਵਾਲੇ ਬਣਾਇਆ? ਤੇ ਮੈਂ ਬਣਾਇਆ ਤੇ ਫਿਰ ਕਰਜ਼ੇ ਸ਼ਰਜ਼ੇ ਲੱਗਦੇ ਨਹੀਂ ਲੱਗਦੇ, ਲੇਕਿਨ ਡਿਫਾਲਟ ਡਿਫਾਲਟ ਨਾ ਕਰਨਾ, ਕਰਜ਼ੇ ਅਦਾ ਕਰਦੇ ਰਹਿਣਾ। ਮੈਂ ਚੰਗੇ ਵਿਆਜ ਲਵੋ, ਕਰਜ਼ੇ ਤੇ ਹਟਾਉਂਦੇ ਰਹੋ ਤਾਂ ਕਿ ਮੁੜ ਵੀ ਬਣਦੇ ਰਹੋ। ਇੱਥੇ ਇੱਥੇ ਦਿਫਾਲਟ ਇੱਥੇ ਮੰਡੀ ਅਹਿਮਦਾਬਾਦ ਨੂੰ ਸਬਡਵੀਜ਼ਨ ਬਣਾਇਆ। ਔਰ ਇੱਥੇ ਗੱਲ ਕੰਗਨਪੁਰ ਨਾਲ ਲੱਗਿਆ ਹੋਇਆ, ਸਾਡੇ ਗ੍ਰਾਮ ਬੜੀ ਤਕਲੀਫ ਹੈ। ਮੈਨੂੰ ਵੀ ਪਤਾ ਕਈ ਦਫ਼ਾ ਮੈਨੂੰ ਐਕਸ਼ੀਅਨ ਕੰਗਨਪੁਰ ਨਾਲ ਗੱਲ ਕਰਨੀ ਪੈਂਦੀ ਬਿਜਲੀ ਵਾਸਤੇ, ਮੇਰੇ ਕੋਲ ਗ੍ਰਾਮ ਦੇ ਨੇ, ਐਕਸ਼ੀਅਨ ਕੰਗਨਪੁਰ ਨਾਲ ਗੱਲ ਕਰਨੀ ਪੈਂਦੀ ਹੈ। ਐਕਸ਼ੀਅਨ ਹੁਜਰੇ ਨਾਲ ਨਹੀਂ, ਇਹ ਇਲਾਕਾ ਕੰਗਨਪੁਰ ਨਾਲ ਲੱਗਿਆ ਹੋਇਆ, ਕਈ ਕੌਂਸਲਾਂ ਲੱਗੀਆਂ ਹੋਈਆਂ ਨੇ। ਤੇ ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਨਾ ਕਿ ਅੱਲਾ ਕਰੀਮ ਮੈਨੂੰ ਤੋਫੀਕ ਦੇਵੇ, ਔਰ ਇਨਸ਼ਾਅੱਲਾ ਤਾਲਾ ਦੇਵੇਗਾ ਤੋਫੀਕ। ਫਿਰ ਮੰਡੀ ਅਹਿਮਦਾਬਾਦ ਮੇਰੀ ਬੇਟੀ ਉਸ ਲਹਿਮਾ ਸੀ ਗੁਰਵਿੰਦਰ ਸ਼ਾਹੀ ਬਟੂ ਸਾਹਿਬਾ, ਤੇ ਵੀ ਜ਼ਫਰੁੱਲਾ ਜਮਾਲੀ ਮੇਰਾ ਦੋਸਤ ਸੀ, ਉਹ ਵਜ਼ੀਰ ਆਜ਼ਮ ਹੋ ਗਿਆ। ਮੈਂ ਬੋਲਿਆ ਵਜ਼ੀਰ ਆਜ਼ਮ ਮੌਸਮ ਤੇ ਬਹਿ ਕੇ ਜਮਾਲੀ ਸਾਹਿਬ ਕੋਈ ਕੰਮ ਕਰ ਸਕਦੇ ਜੇ? ਉਹਨੇ ਕਿਹਾ ਮੀਆਂ ਸਾਹਿਬ ਮੈਨੂੰ ਭੁੱਲ ਗਿਆ ਕਿ ਜਦੋਂ ਤੁਸੀਂ ਵਜ਼ੀਰ ਆਜ਼ਮ ਸੋ ਤੇ ਮੈਂ ਜਾਂਦਾ ਹੁੰਦਾ ਸਾਂ ਸੜਕਾਂ ਤੇ ਖੁੱਲ ਕੇ, ਤੇ ਮੈਨੂੰ ਵਜ਼ੀਰ ਆਜ਼ਮ ਦੇ ਦਰਵਾਜ਼ੇ ਖੁੱਲੇ ਹੁੰਦੇ ਸਨ ਤੇ ਤੁਹਾਡੇ ਕਮਰੇ ਦੇ ਦਰਵਾਜ਼ੇ ਖੁੱਲੇ ਹੁੰਦੇ ਸਨ, ਤੇ ਮੇਰਾ ਜਿਸਨੇ ਜੀ ਕਰਦਾ ਸੀ ਮੈਂ ਜਾਂਦਾ ਸਾਂ, ਜਿਹੜਾ ਕੰਮ ਮੇਰਾ ਜੀ ਕਰਦਾ ਸੀ ਤੁਹਾਡੇ ਕੋਲ ਕਰਾਉਂਦਾ ਸਾਂ। ਹੁਕਮ ਕਰ ਮੀਆਂ ਮਨਜ਼ੂਰਾਂ ਮੈਂ ਤੁਕੀ ਕਰਾਉਣਾ ਚਾਹੁੰਦਾ। ਮੈਂ ਕਿਹਾ ਹੁਕਮ, ਮੈਂ ਆਪਣੀ ਜ਼ਾਤ ਵਾਸਤੇ ਕੁਝ ਨਹੀਂ, ਮੈਂ ਆਪਣੀ ਔਲਾਦ ਵਾਸਤੇ ਕੁਝ ਨਹੀਂ ਮੰਗਦਾ, ਮੈਂ ਤੁਹਾਡੇ ਕੋਲ ਮੰਗਦਾ ਮੇਰੇ ਤਿੰਨਾਂ ਕਸਬਿਆਂ ਦੀ, ਜਪਾਲਪੁਰ ਦੇ ਤਿੰਨਾਂ ਕਸਬਿਆਂ ਦੀ ਗੈਸ ਮੰਗਦਾ, ਹਵੇਲੀ ਦੀ ਗੈਸ ਮੰਗਦਾ, ਬਸ਼ੀਰਪੁਰ ਦੀ ਗੈਸ ਮੰਗਦਾ ਤੇ ਮੰਡੀ ਅਹਿਮਦਾਬਾਦ ਦੀ ਗੈਸ ਮੰਗਦਾ। ਤਿੰਨੋਂ ਮੇਰੇ ਇਲਾਕੇ ਦੇ ਕਸਬੇ ਨੇ ਔਰ ਇਹਨਾਂ ਤਿੰਨਾਂ ਵਾਸਤੇ ਮੈਂ ਗੈਸ ਲੈਣੀ ਹੈ। ਔਰ ਤੁਸੀਂ ਜਾਣਦੇ ਜੇ ਕਿ ਜਮਾਲੀ ਸਾਹਿਬ ਨੇ ਆ ਕੇ ਗੈਸ ਦਾ ਇਫਤਤਾਹ ਹਵੇਲੀ ਕੀਤਾ, ਗੈਸ ਦਾ ਇਫਤਤਾਹ ਬਸ਼ੀਰਪੁਰ ਕੀਤਾ, ਔਰ ਜਮਾਲੀ ਸਾਹਿਬ ਨੂੰ ਮੈਂ ਮੰਡੀ ਅਹਿਮਦਾਬਾਦ ਲੈ ਕੇ ਆਇਆ, ਔਰ ਇੱਥੇ ਆ ਕੇ ਉਹਨਾਂ ਨੇ ਬੱਚੀਆਂ ਦੀਆਂ ਸ਼ਾਦੀਆਂ ਦੇ ਵਿੱਚ ਸ਼ਿਰਕਤ ਕੀਤੀ। ਤੇ ਦੋਸਤੋ, ਇੱਥੇ ਦਰਿਆਓ ਪਾਰ ਬਿਜਲੀ ਇਹ ਮੁੰਡਾ ਲੈ ਕੇ ਗਏ, ਕੌਣ ਲੈ ਕੇ ਗਿਆ ਦਰਿਆਓ ਪਾਰ ਬਿਜਲੀ? ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ, ਕੌਣ ਲੈ ਕੇ ਗਿਆ ਬਿਜਲੀ ਦਰਿਆਓ ਪਾਰ? ਤੇ ਜੇ ਮੂਲ ਵਾਲੇ ਲੈ ਕੇ ਗਏ ਨੇ ਤੇ ਜਰਾ ਹੱਥ ਖੜੇ ਕਰ ਦਿਓ, ਮੂਲ ਵਾਲੇ ਲੈ ਕੇ ਬਸ ਲੈ ਗਏ ਹੁਣ ਆਪਾਂ ਬੁਲਦੇ ਨਾ ਜੀ। ਤੇ ਜੇ ਮਨਜ਼ੂਰਾਂ ਨੂੰ ਬੱਟੂ ਲੈ ਕੇ ਗਿਆ, ਰੁਬੀਨਾ ਬੇਬੀ ਦੀ, ਰੁਬੀਨਾ ਸ਼ਾਹੀਨ ਬੱਟੂ ਦੀ ਐਮ ਐਲ ਏ ਸ਼ਿਪ ਦੇ ਵਿੱਚ, ਮੇਰੀ ਬੇਟੀ ਦੀ ਐਮ ਐਲ ਏ ਸ਼ਿਪ ਦੇ ਵਿੱਚ,
ਮਚੂਰਾ ਨੂੰ ਬੱਚੂ ਲੈ ਕੇ ਗਿਆ ਤੇ ਫਿਰ ਜੇ ਲੈ ਕੇ ਗਿਆ ਤੇ ਇਮਾਨਦਾਰੀ ਨਾਲ ਸਮੇਂ ਤੋਂ ਤੁਹਾਡਾ ਹੱਥ ਖੜੇ ਕਰਕੇ ਦੱਸੋ ਵੀ ਉਹ ਲੈ ਕੇ ਗਿਆ ਮੋਟਰ ਸਪੋਰਟ ਤੇ ਮੇਰੇ ਦੋਸਤ ਮੈਂ ਗੁਜ਼ਾਰਿਸ਼ ਕਰਦਾ ਕਿ ਤੁਹਾਡਾ ਨੁਮਾਇੰਦਾ ਤੁਹਾਡੀ ਇਤਨੀ ਸੜਕ ਨਹੀਂ ਤੇ ਛੇ ਛੇ ਸੱਤ ਸੱਤ ਸੜਕਾਂ ਬਣਾ ਦੇਵੇ ਤੁਹਾਡੇ ਬੱਚਿਆਂ ਵਾਸਤੇ ਕਾਲਜ ਬਣਾ ਦੇਵੇ ਬੱਚਿਆਂ ਵਾਸਤੇ ਕਾਲਜ ਬਣਾ ਦੇਵੇ ਤੁਹਾਡੇ ਸ਼ਹਿਰ ਵਾਸਤੇ ਹਸਪਤਾਲ ਬਣਾ ਦੇਵੇ ਤੁਹਾਡੇ ਵਾਸਤੇ ਸਟੇਡੀਅਮ ਬਣਾ ਦੇਵੇ ਜਿਹਦੇ ਤੁਸੀਂ ਅਜਲਸਾ ਕਰਨੇ ਪੈ ਜੇ ਤੁਹਾਡੇ ਵਾਸਤੇ ਬੈਂਕ ਬਣਾ ਦੇਵੇ ਸਰੀ ਸਰਕਾਰ ਦੀ ਬੈਂਕ ਬਣਾ ਦੇਵੇ ਔਰ ਤੁਹਾਡੇ ਵਾਸਤੇ ਬਿਲਡ ਸਟੇਸ਼ਨ ਬਣਾ ਦੇਵੇ ਤਾਂ ਕਿ ਬਿਜਲੀ ਬਿਜਲੀ ਅੱਗੇ ਚੱਲੇ ਤੁਸੀਂ ਬਰਦਾਸ਼ਤ ਨਾ ਹੋ ਬਿਜਲੀ ਦੇ ਔਰ ਫਿਰ ਜਿਹੜਾ ਤੁਹਾਡੇ ਵਾਸਤੇ ਦਰਿਆਉ ਪਾਰ ਬਿਜਲੀ ਲੈ ਜਾ ਕੇ ਦਰਿਆਉ ਪਾਰ ਦੀ ਸੁਵਿਧਾ ਬਾਜ ਕਰ ਦੇਵੇ ਤਾਂ ਕਿ ਤੁਹਾਡੀ ਮੰਡੀ ਦੇ ਮੇਰੇ ਜਿਹੜੇ ਕਾਰੋਬਾਰੀ ਬੁਲਾਉਣ ਇਹਨਾਂ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਜਿਨ ਸਾਹਿਬ ਪਾਰ ਦੀਆਂ ਜਿਨਸਾਂ ਵੀ ਆਵਣ ਤੇ ਇਹਨਾਂ ਦੇ ਕੋਲ ਜਿਨ ਸਾਹਿਬ ਦੇ ਪ੍ਰਤਿਭਾ ਨੂੰ ਆਵਣ ਤੇ ਅਮੀਰ ਆਵਣ ਤੇ ਫਿਰ ਜਿਹੜਾ ਬੰਦਾ ਤੁਹਾਡੇ ਵਾਸਤੇ ਕੈਸਰ ਲੈ ਆਵੇ ਆਪਣੇ ਭੈਣਾਂ ਤੇ ਮਾਵਾਂ ਤੇ ਬੇਟੀਆਂ ਦੇ ਵਾਸਤੇ ਉਹਨਾਂ ਦੇ ਚੁੱਲ੍ਹੇ ਦੇ ਲੱਕੜੀ ਬਚਾ ਕੇ ਉਹਨਾਂ ਨੂੰ ਗੈਸ ਮੁਹੱਈਆ ਕਰ ਦੇਵੇ ਤੇ ਤੁਸੀਂ ਤੇ ਫਿਰ ਨੌਕਰੀਆਂ ਵੀ ਦੇਵੇ ਉਹ ਨੌਕਰੀਆਂ ਵੀ ਦੇਵੇ ਜਿੱਥੇ ਪੁੱਜੀਆਂ ਉੱਥੇ ਨੌਕਰੀਆਂ ਵੀ ਦੇਵੇ ਤੇ ਫਿਰ ਬਿਰਾਓ ਮੈਂ ਪੁੱਛਿਆ ਤੁਹਾਡੇ ਕੋਲੋਂ ਕਿ ਫਿਰ ਤੁਸੀਂ ਆਪਣੇ ਨੁਮਾਇੰਦੇ ਦੇਖੋ ਹੋਰ ਕੀ ਚਾਹੁੰਦੇ ਹੋ ਕਿ ਫਿਰ ਉਹ ਤੁਹਾਡਾ ਇਹ ਡਿਵੈਲਪਮੈਂਟ ਵੀ ਕਰੇ ਇਹ ਕੰਮ ਵੀ ਕਰੇ ਤੁਹਾਡੀ ਨਸਲਾਂ ਦੇ ਕੰਮ ਕਰੇ ਤੇ ਫਿਰ ਤੁਹਾਡਾ ਨਾਮ ਵੀ ਰੋਸ਼ਨ ਕਰੇ ਜਦੋਂ ਮੈਂਬਰ ਬਣਾ ਦਿਓ ਉਹ ਸਪੀਕਰ ਬਣ ਜਾਵੇ ਜਦੋਂ ਮੈਂਬਰ ਬਣਾ ਦਿਓ ਉਹ ਚੀਫ ਮਿਨਿਸਟਰ ਪੰਜਾਬ ਬਣ ਜਾਵੇ ਤੇ ਤੁਹਾਡਾ ਸ਼ਿਮਲਾ ਉੱਚਾ ਕਰ ਦੇਵੇ ਹਰ ਥਾਂ ਤੇ ਤੁਹਾਡੀ ਇੱਜ਼ਤ ਕਰਾ ਦੇਵੇ ਤੇ ਦੋਸਤੋ ਮੈਂ ਤਾਂ ਜੋ ਕੁਛ ਸੋਚਿਆ ਮੇਰੀ ਆਪਣਾ ਸ਼ੌਕ ਹੈ ਤੁਹਾਡੀ ਖਿਦਮਤ ਕਰਨਾ ਇਲਾਕੇ ਦੇ ਹਾਲਾਤ ਨੂੰ ਬਿਹਤਰ ਕਰਨਾ ਨਵੀਂ ਨਸਲ ਦੀ ਹਾਲਾਤ ਨੂੰ ਬਿਹਤਰ ਕਰਨਾ ਇਹਨਾਂ ਦੀਆਂ ਨੌਕਰੀਆਂ ਦਾ ਬੰਦੋਬਸਤ ਮੰਗਦਾ ਉਹਨਾਂ ਕੋਲੋਂ ਉਹ ਜ਼ੇਲ ਚ ਰੱਖ ਕੇ ਮੰਗਦਾ ਕਿ ਨੌਕਰੀਆਂ ਖੇਤੀਆਂ ਉਹ ਚੂਚਰਾ ਕਰਦੇ ਨੇ ਤੇ ਮੈਂ ਉਹਨਾਂ ਦੀ ਆਪੇ ਬੰਦੋਬਸਤ ਕਰਕੇ ਤੇ ਨੌਕਰੀਆਂ ਦੇ ਦਿੰਦਾ ਤੁਸੀਂ ਤਸੱਵਰ ਕਰ ਸਕਦੇ ਨੇ ਕਿ ਕਿਸੇ ਹੋਰ ਫਜ਼ੀਲੇ ਜਿਵੇਂ ਮੈਂ ਆਪਣੀ ਵਜ਼ਾਰਤੀ ਆਲਾ ਦੇ ਵਿੱਚ ਇਹ ਪੰਜਾਬ ਦੇ 50,000 ਪ੍ਰਾਇਮਰੀ ਸਕੂਲ ਇਹਨਾਂ ਦੇ ਵਿੱਚ ਇੱਕ ਟੀਚਰ ਇੰਗਲਿਸ਼ ਟੀਚਰ ਭਰਤੀ ਕਰਨ ਦਾ ਫੈਸਲਾ ਕੀਤਾ ਲੋਕ ਹੈਰਾਨ ਸਨ ਕਿ 50,000 ਬੰਦੇ ਭਰਤੀ ਕਰੂ ਹੈ ਲੋਕ ਹੈਰਾਨ ਸਨ ਕਿ 50,000 ਬੰਦੇ ਭਰਤੀ ਕਰੂ ਹੈ ਤੇ ਮੈਂ ਅੱਲਾਹ ਤਾਲਾ ਦੀ ਦਿੱਤੀ ਵੀ ਤੋਫੀਕ ਦੇ ਨਾਲ ਮੈਂ 50,000 ਬੰਦੇ ਇਸ ਤਰ੍ਹਾਂ ਭਰਤੀ ਕਰ ਦਿੱਤੇ ਕਿ ਅੱਜ ਦੇ ਦਿਨ ਤੱਕ 70 ਸਾਲਾਂ ਹਿਸਟਰੀ ਦੇ ਵਿੱਚ ਕੋਈ ਵਜ਼ੀਰ ਆਲਾ ਕੋਈ ਵਜ਼ੀਰ ਆਜ਼ਮ ਕਿਸੇ ਦੀ ਤੁਹਾਡੀ ਮੁਖਾਲਫਤ ਹੋਵੇਗੀ ਤੁਸੀਂ ਕਿਸੇ ਬੰਦੇ ਨੂੰ ਕਿਸੇ ਨੌਜਵਾਨ ਨੂੰ 14 ਗ੍ਰੇਡ ਦੀ ਨੌਕਰੀ ਦਿਓਗੇ ਦੂਜੇ ਨੂੰ 16 ਦੀ ਦਿਓਗੇ 14 ਐਵਰੇਜ ਕਰਸੀ ਸੁਖਾਲ ਦਾ ਪਾਲਸੀ ਇਹਨੂੰ 16 ਦੀ ਨੌਕਰੀ ਦਿੱਤੀ ਤੇ ਸਾਨੂੰ 14 ਦੀ ਕਿਉਂ ਦਿੱਤੀ ਇਸ ਪਿੰਡ ਦੇ ਵਿੱਚ 10 ਬੰਦੇ ਕੈਂਡੀਡੇਟ ਨੇ ਤੇ ਤੁਸੀਂ ਦੋ ਤਿੰਨਾਂ ਨੂੰ ਨੌਕਰੀ ਦੇ ਸਕੋ 6-7 ਨੂੰ ਸਾਹਿਬ ਇਸ ਇਹ ਛੱਡ ਦੇ ਖੁਸ਼ਹਾਲੀ ਆ ਜਾਂਦੀ ਹੈ ਔਰ ਮੈਨੂੰ ਯਾਦ ਹੈ ਕਿ ਮੈਂ ਇੱਕ ਬੰਦਾ ਇੱਕ ਲੜਕਾ ਮੁਲਾਜ਼ਮ ਕਰਾਇਆ ਤੇ ਅਗਲੇ ਦਿਨ ਮੈਨੂੰ ਮਿਲਣ ਵਾਸਤੇ ਆਇਆ ਤੇ ਮੈਨੂੰ ਕਹਿਣ ਲੱਗਿਆ ਮੈਂ ਸਿਆਣਾ ਜੀ ਮੈਂ ਕਿਹਾ ਮੈਂ ਤਾਂ ਸਿਆਣਾ ਮੇਰਾ ਬੇਟਾ MBA ਕਰ ਗਿਆ
ਲੈਬ ਦਸਮ ਦਾ ਬੇਟਾ ਐਮਬੀਏ ਕਰਕੇ ਹੈ ਤੇ ਦੂਜਾ ਨੇ ਕਿਹਾ ਵੀ ਇੰਜੀਨੀਅਰਿੰਗ ਕਰਦਾ ਪਿਆ ਹੈ ਦੂਜਾ ਇੰਜੀਨੀਅਰ ਬਣਦਾ ਪਿਆ ਹੈ ਜਿਹਨੂੰ ਮੈਂ ਲੈਬ ਦਸਮ ਕੀਤਾ ਉਹਦਾ ਇੱਕ ਪੁੱਤਰ ਐਮਬੀਏ ਹੋ ਗਿਆ ਦੂਜਾ ਇੰਜੀਨੀਅਰ ਹੁੰਦਾ ਪਿਆ ਹੈ ਮੈਂ ਉਸ ਬਿਲਾ ਨੂੰ ਆਖਿਆ ਮੈਂ ਕਿਹਾ ਮੈਂ ਇਸ ਗੱਲ ਵਾਸਤੇ ਨੌਕਰੀਆਂ ਦਿੰਦਾ ਕਿ ਨਸਲਾਂ ਸਬਰ ਜਾਣੀਆਂ ਨੇ ਬਾਕੀ ਵਜ਼ੀਰ ਬਣ ਗਿਆ ਤੇ ਤੁਸੀਂ ਹੋਵੇ ਬਾਵਾ ਲੜਕਾਈ ਤੇ ਬਿਰਾਓ ਇਹਨਾਂ ਨੂੰ ਆਖੋ ਇਹਨਾਂ ਨੂੰ ਆਖੋ ਮੈਂ 10 ਡਿਗਰੀ ਕਾਲਜ ਬਣਾਇਆ ਮੈਂ ਹਵੇਲੀ ਦਾ ਹਸਪਤਾਲ ਬਣਾਇਆ ਮੈਂ ਮੰਡੀ ਅਹਿਮਦਾਬਾਦ ਦਾ ਹਸਪਤਾਲ ਬਣਾਇਆ ਮੈਂ ਉਖਾੜੇ ਦਾ ਹਸਪਤਾਲ ਬਣਾਇਆ ਅਸੀਂ ਡਾਇਲਸਿਸ ਸੈਂਟਰ ਕਾਇਮ ਕੀਤਾ ਜਪਾਲਪੁਰ ਦੇ ਵਿੱਚ ਇਹਨਾਂ ਨੂੰ ਆਖੋ ਇਹ ਸਾਰੇ ਰਲ ਜਾਣ ਐਮਬੀਏ ਦੇ ਐਮਪੀਏ ਰਲ ਜਾਣ ਇਹਨਾਂ ਨੂੰ ਮੈਨੂੰ ਆਖੋ ਜਪਾਲਪੁਰ ਦੇ ਵਿੱਚ ਇੱਕ ਮੈਨੂੰ ਡਿਗਰੀ ਕਾਲਜ ਪਾ ਕੇ ਐਮਬੀਏ ਮੋਹਿਨ ਖਾਂ ਬੱਟੂ ਮੇਰੇ ਇਲਾਕੇ ਦੇ ਬੱਚੇ ਜਿਹੜੇ ਇਹ ਵੀ ਮੀਆਂ ਵਾਲੇ ਇਹ ਵੀ ਗੁਜਰਾਂ ਵਾਲੇ ਦੀ ਤਰ੍ਹਾਂ ਗੁਜਰਾਤ ਦੀ ਤਰ੍ਹਾਂ ਜੇਲਮ ਦੀ ਤਰ੍ਹਾਂ ਔਰ ਪਿੰਡੀ ਦੀ ਤਰ੍ਹਾਂ ਉੱਥੇ ਦੇ ਕੈਪਟਨ ਬਣਦੇ ਨੇ ਤੇ ਲੈਫਟੀਨੈਂਟ ਬਣਦੇ ਨੇ ਤੇ ਮੇਰੇ ਇਲਾਕੇ ਦੇ ਬੱਚੇ ਵੀ ਲੈਫਟੀਨੈਂਟ ਬਣਨ ਤੇ ਕੈਪਟਨ ਬਣਨ ਦੋਸਤੋ ਹੁਣੇ ਮਾਰਦੇ ਨੇ ਤਰਲੇ ਤੇ ਹੁਣ ਕੱਲ ਦੇ ਲੱਗੇ ਨੇ ਖਾਸ ਰਿਜੈਕਟ ਹੋ ਗਈ ਜੋ ਡਿਫਾਲਟਰ ਹੋ ਗਈ ਪੜਾਇਆ ਨੇ ਜੇ ਜੁੱਜੂ ਲਾਈ ਖੜੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤਿੰਨ ਦਰਖਾਸਤਾਂ ਦਿੱਤੀਆਂ ਨੇ ਇੱਕ ਕੌਮੀ ਅਸੈਂਬਲੀ ਦਾ ਇਹ ਹਲਕਾ ਇੱਕ ਕੌਮੀ ਅਸੈਂਬਲੀ ਦਾ ਉਹ ਹਲਕਾ ਜਪਾਲਪੁਰ ਵਾਲਾ ਤੇ ਸੂਬਾਈ ਅਸੈਂਬਲੀ ਦਾ ਹੋਜੀ ਵਾਲਾ ਹਲਕਾ ਇਹ ਤਿੰਨੋਂ ਹਲਕਿਆਂ ਦੇ ਵਿੱਚ ਮੇਰੀਆਂ ਕੱਲ੍ਹ ਦੀਆਂ ਦਰਖਾਸਤਾਂ ਤਿੰਨੇ ਮਨਜ਼ੂਰ ਹੋ ਗਈਆਂ ਨੇ ਤੇ ਬਿਲਾਓ ਫਿਰ ਇੱਕ ਹੋਰ ਗੱਲ ਕਰਨਾ ਮੇਰਾ ਚੱਲਣ ਸੀ ਪੀਪਲਸ ਪਾਰਟੀ ਦੇ ਨਾਲ ਪੀਪਲਸ ਪਾਰਟੀ ਨੇ ਮੇਰੀ ਬੜੀ ਇੱਜ਼ਤ ਕੀਤੀ ਹੈ ਤੇ ਮੈਂ ਕਰਵਾਉਣਾ ਮੇਰਾ ਜੀ ਇਹ ਕਿਹਾ ਕਿ ਮੇਰੇ ਦੇ ਜੀ ਮੈਂ ਸਾਹਿਬ ਨਿਭਾ ਦੇਵਾਂ ਅੱਗੇ ਮੈਂ 13 ਦੇ ਵਿੱਚ ਹਰ ਗਿਆ ਤੇ ਮੈਨੂੰ 8.5 ਦੇ ਵਿੱਚ ਪੀਪਲ ਪਾਰਟੀ ਦੇ ਨਿਸ਼ਾਨ ਦੀ ਵਜ੍ਹਾ ਤੋਂ ਤੁਰ ਗਿਆ ਕਦੇ ਸਰਕਾਰ ਦੇ ਦਫ਼ਤਰ ਦੇ ਘਰ ਦਾ ਅੱਜ ਲੱਗਦਾ ਕਿ ਮੈਂ ਉਸ ਪਾਰਟੀ ਦੇ ਨਾਲ ਜਿਹਦੇ ਨਾਲ ਮੈਂ ਖੜਾ ਉਹਦਾ ਸਾਥ ਨਾ ਛੱਡਾਂ ਇੱਕ ਵਾਰੀ ਮੁੜ ਮਨਜ਼ੂਰ ਆ ਬੱਟੂ ਆ ਜਾਵੇ ਤੇ ਮੇਰੀ ਇੱਜ਼ਤ ਦੇ ਵਿੱਚ ਫਰਕ ਕੋਈ ਨਹੀਂ ਪਵੇਗਾ ਮੈਂ ਤਾਂ ਹੁਣ ਵੀ 5 ਸਾਲ ਮੇਰੇ ਕੋਲ ਕੋਈ ਅਹੁਦਾ ਨਹੀਂ ਲਿਆ ਤੇ ਮੇਰੇ ਟੈਲੀਫੋਨ ਇਵੇਂ ਮੈਂ ਟੈਲੀਫੋਨ ਕਰਦਾ ਸਾਂ ਐਸਪੀਆਂ ਨੂੰ ਤੇ ਡੀਆਈਜੀਆਂ ਨੂੰ ਤੇ ਕਮਿਸ਼ਨਰ ਤੇ ਡੀਸੀਆਂ ਨੂੰ ਜਿਵੇਂ ਮੈਂ ਵਫਾਕੀ ਵਜ਼ੀਰ ਹੋਵਾਂ ਤੇ ਮੇਰੀ ਉਵੇਂ ਇੱਜ਼ਤ ਕਰਦੇ ਸਨ ਤੇ ਮੇਰੇ ਉਵੇਂ ਗੱਲ ਕਰਦੇ ਸਨ ਤੇ ਮੈਂ ਮੁੜ ਵੀ ਅੜ ਜਾਵਾਂ ਤੇ ਮੈਂ ਪਾਰਟੀ ਦੇ ਨਾਲ ਖਲੋਣਾ ਚਾਹੀਦਾ ਮੈਨੂੰ ਮੈਂ ਮਾੜੇ ਵੇਲੇ ਸਾਥ ਛੱਡਣ ਵਾਲਾ ਬੰਦਾ ਨਹੀਂ ਆ ਮੈਂ ਸਾਥ ਛੱਡਣ ਵਾਲੇ ਬੰਦਿਆਂ ਨੂੰ ਚੰਗਾ ਨਹੀਂ ਸਮਝਦਾ ਕਿ ਮਾੜੇ ਵੇਲੇ ਛੱਡ ਦਿੰਦੇ ਨੇ ਵਿਰਾਜ ਜੀ ਭਗਵੰਤ ਜੀ ਦੇ ਦੋਸਤ ਮੇਰੇ ਮਗਰ ਪੈ ਗਏ ਬਸ਼ੀਰਪੁਰ ਦੇ ਦੋਸਤ ਮੇਰੇ ਮਗਰ ਪੈ ਗਏ ਜਪਾਲਪੁਰ ਦੇ ਦੋਸਤ ਮੇਰੇ ਮਗਰ ਪੈ ਗਏ ਉਜਲੇ ਦੇ ਦੋਸਤ ਮੇਰੇ ਮਗਰ ਪੈ ਗਏ ਮੰਡੀ ਦੇ ਦੋਸਤ ਮੇਰੇ ਮਗਰ ਪੈ ਗਏ ਉਹਨਾਂ ਕਿਹਾ ਤੇਰਾ ਗੁਜ਼ਾਰਾ ਤਾਂ ਦੂਜੀ ਵਾਰੀ ਵੀ ਹੋ ਜਾਸੀ ਹਰ ਕੇ ਆਪਣੀ ਜਾਤ ਦੀ ਵਜ੍ਹਾ ਤੋਂ ਨਹੀਂ ਆਪਣੇ ਕਿਸੇ ਜਾਤੀ ਫਾਇਦੇ ਦੀ ਵਜ੍ਹਾ ਤੋਂ ਨਹੀਂ ਮੈਂ
ਜਿਹੜੀ ਵੀ ਮੇਰੇ ਕੋਲ ਸੂਰਤ ਹੋਈ ਮੈਂ ਤੁਹਾਡੀ ਵਜ੍ਹਾ ਤੋਂ ਨਾਲ ਇਮਾਨ ਦੇ ਤੁਹਾਡੇ ਵਫ਼ਾਦਾਰ ਦੀ ਵਜ੍ਹਾ ਤੋਂ ਤੁਹਾਡੇ ਬੱਚਿਆਂ ਦੀ ਨੌਕਰੀਆਂ ਦੀ ਵਜ੍ਹਾ ਤੋਂ ਤੁਹਾਡੇ ਕੰਮ ਸਵਾਰਨ ਦੀ ਵਜ੍ਹਾ ਤੋਂ ਤੁਹਾਡੇ ਮਾਮਲੇ ਹੱਲ ਕਰਨ ਦੀ ਵਜ੍ਹਾ ਤੋਂ ਤੁਹਾਨੂੰ ਇਹਨਾਂ ਦੇ ਨਿਕੰਮੇ ਬੰਦਿਆਂ ਦੀ ਖਰਾਬੀਆਂ ਤੋਂ ਬਚਾਉਣ ਵਾਸਤੇ ਇਹਨਾਂ ਕੋਲ ਜਾਨ ਛੁਡਾਉਣ ਵਾਸਤੇ ਇਹਨਾਂ ਦੇ 40-50 ਬੰਦੇ ਸੁਬਹ ਨਿਕਲਦੇ ਨੇ ਆਦੀਆਂ ਆਦੇ ਥੈਲੇ ਲੈ ਕੇ ਤੇ ਪੈਸੇ ਕਮਾਉਣ ਵਾਸਤੇ ਤੇ ਸ਼ਾਮ ਤੱਕ ਜੋੜੀਆਂ ਭਰ ਕੇ ਗਲੀ ਜਾਂਦੇ ਨੇ ਇਹਨਾਂ ਕੋਲ ਤੁਹਾਡੀ ਜਾਨ ਛੁਡਾਉਣ ਵਾਸਤੇ ਮੈਂ ਫੈਸਲਾ ਕੀਤਾ ਹੈ ਕਿ ਮੇਰੇ ਵੀਰਾ ਮੇਰੇ ਇਲਾਕੇ ਦੇ ਵੀਰਾ ਐਸੇ ਜਿਹੜੀ ਗੱਲ ਚਾਹੁੰਦੇ ਨੇ ਮੈਂ ਆਪਣੀ ਦਿਲ ਦੀ ਗੱਲ ਨਹੀਂ ਕਰਾਂਗਾ ਮੈਂ ਤੁਹਾਡੀ ਗੱਲ ਮੰਨਾਂਗਾ ਤੁਸੀਂ ਆਜ਼ਾਦੀ ਰਕਸ਼ਾ ਰੱਖਿਆ ਤਾਂ ਮੈਂ ਆਜ਼ਾਦੀ ਰਕਸ਼ਾ ਕਰਾਂਗਾ ਹੁਣ ਇਸ ਫੈਸਲੇ ਤੇ ਰਾਜੀ ਜੇ ਇਮਾਨਦਾਰੀ ਨਾਲ ਜੇ ਰਾਜੀ ਜੇ ਇਮਾਨਦਾਰੀ ਨਾਲ ਜੇ ਰਾਜੀ ਜੇ ਦੱਸ ਕਰੇ ਕਰੋ ਆਖਰੀ ਤੱਕ ਬੰਦਾ ਜਿਹੜਾ ਅਰਸਲਾ ਕਰੇ ਮੈਂ ਕੰਮ ਮੰਨਾਂਗਾ ਨਹੀਂ ਤਾਂ ਮੈਂ ਸੱਚੀ ਗੱਲ ਜੀ ਇਮਾਨਦਾਰੀ ਦੀ ਕਿ ਇਹ ਤਾਂ ਉੱਥੇ ਜਾਂਦੇ ਨੇ ਉਹਨਾਂ ਦੇ ਕੋਲ ਡਰਦੇ ਡਰਦੇ ਉਹਨਾਂ ਨਾਲ ਜਿਹੜੇ ਸਾਨੂੰ ਕੋਈ ਮਨਸੂਬੇ ਦਿਓ ਬੱਚੇ ਆ ਰਹੇ ਸਾਨੂੰ ਉਹ ਮਾਰਦਾ ਤਸ਼ੀਫ ਲਏ ਔਰ ਬੜੀ ਬਰਕਤ ਹੋ ਗਈ ਉਹਨਾਂ ਨੇ ਤਸ਼ੀਫ ਆਵਰੀ ਨਾਲ ਔਰ ਮੰਡੀ ਅਹਮਦਾਬਾਦ ਦੇ ਕੌਮੀ ਪ੍ਰੈਸ ਦਾ ਸਾਰੇ ਕੌਮੀ ਪ੍ਰੈਸ ਅੱਜ ਮੰਡੀ ਅਹਮਦਾਬਾਦ ਦੇ ਅੱਜ ਹੈ ਜ਼ਰਾ ਮੰਡੀ ਅਹਮਦਾਬਾਦ ਦੇ ਪ੍ਰੈਸ ਵਾਸਤੇ ਤਾਲੀਆਂ ਨਾਲ ਚੁਣਾਵਾਂ ਦਾ ਮੈਂ ਜਾਰੀ ਮਸ਼ਕੂਰ ਹਾਂ ਕਿ ਤੁਸੀਂ ਬੜੀ ਦਿਲਜਮੀ ਨਾਲ ਸਾਡਾ ਇਸਤੇਮਾਲ ਵੀ ਕੀਤਾ ਤੇ ਇਸ ਜਲਸੇ ਨੂੰ ਇਸ ਤਕਰੀਬ ਨੂੰ ਰੌਣਕ ਬਖਸ਼ੀ ਔਰ ਸਾਰੀ ਗੱਲਬਾਤ ਸੁਣੀ ਆਖਿਰ ਤੇ ਪੰਜਾਬੀ ਦੇ ਸ਼ੇਰ ਤੁਸੀਂ ਪਸੰਦ ਕਰਦੇ ਹੋ ਉੱਠ ਰਾਂਝਿਆ ਗਾਜ਼ੀਆ ਸ਼ੇਰ ਮਰਦਾ ਇਹ ਤਖ਼ਤ ਹਜ਼ਾਰਾਂ ਜਾਗੀਰ ਤੇਰੀ ਤੇ ਉੱਠ ਪੈ ਜਾਏ ਨਾ ਖੇੜਿਆਂ ਨੂੰ ਇਹ ਖੇੜੇ ਨੇ ਉੱਠ ਪੈ ਜਾਏ ਨਾ ਖੇੜਿਆਂ ਨੂੰ ਰਾਹ ਤੱਕਦੀ ਹੈ ਫਤਿਹ ਦੀ ਹੀਰ ਤੇਰੀ ਤੇ ਅੱਖੀਆਂ ਵਿੱਚ ਤਸਵੀਰ ਤੇਰੀ ਤੇ ਪੈਰਾਂ ਵਿੱਚ ਜ਼ੰਜੀਰ ਤੇਰੀ ਤੇ ਖੇੜੇ ਐਵੇਂ ਖੇੜੇ ਪੈ ਗਏ ਅੱਜ ਵੀ ਰਹਿੰਦੇ ਹੀਰ ਤੇਰੀ।